ਸ਼ੁਭਮ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਫਿਰ ਤੋਂ ਸਵਾਗਤ ਕਰਦੇ ਹਾਂ। ਅੱਜ ਅਸੀਂ ਜਾਣਦੇ ਹਾਂ ਕਿ ਕੰਗਣਾ ਰਣਾਵਤ ਦਾ ਪੂਰਾ ਮਾਮਲਾ ਕੀ ਹੈ। ਕੱਲ ਤੋਂ ਹੀ ਕੰਗਣਾ ਰਣਾਵਤ ਦੇ ਦਫ਼ਤਰ ਦੇ ਤੋੜੇ ਜਾਣ ਦੀਆਂ ਖ਼ਬਰਾਂ ਸੁਰਖੀਆਂ ਦੇ ਵਿੱਚ ਬਣੀਆਂ ਹੋਈਆਂ ਨੇ ਅਤੇ ਹੁਣ ਨਵਾਂ ਮਾਮਲਾ ਸਾਹਮਣੇ ਆਇਆ ਕਿ BMC ਦੀ ਕਾਰਵਾਈ ਕੰਗਣਾ ਰਣਾਵਤ ਦੇ ਘਰ 'ਤੇ ਵੀ ਹੋ ਸਕਦੀ ਹੈ। BMC ਨੇ ਕੰਗਣਾ ਦੇ ਖਾਰ ਖੇਤਰ ਵਿੱਚ ਬਣੇ ਫਲੈਟ ਨੂੰ ਤੋੜਨ ਦੀ ਆਗਿਆ ਮੰਗੀ ਹੈ। ਦਰਅਸਲ 2 ਸਾਲ ਪਹਿਲਾਂ ਮੁੰਬਈ ਨਗਰ ਨਿਗਮ ਨੇ ਕੰਗਣਾ ਰਣਾਵਤ ਨੂੰ ਨੋਟਿਸ ਜਾਰੀ ਕੀਤਾ ਸੀ। ਇਸ ਨੋਟਿਸ ਵਿੱਚ ਕਿਹਾ ਗਿਆ ਸੀ ਕਿ ਘਰ ਵਿੱਚ ਗਲਤ ਢੰਗ ਦੇ ਨਾਲ ਬਦਲਾਅ ਕੀਤਾ ਗਿਆ ਹੈ, ਇਸ ਵਿੱਚ ਨਿਯਮਾਂ ਦੀ ਉਲੰਘਣਾ ਕੀਤੀ ਗਈ ਹੈ। ਉਸ ਸਮੇਂ ਕੰਗਣਾ ਰਣਾਵਤ ਸਿਟੀ ਸਿਵਲ ਕੋਰਟ ਗਈ ਅਤੇ ਉਸਨੇ ਸਟੇ ਆਰਡਰ ਲੈ ਲਿਆ। ਹੁਣ BMC ਨੇ ਕੈਬੀਨੇਟ ਦਾਇਰ ਕਰ ਦਿੱਤੀ ਹੈ। BMC ਨੇ ਕਿਹਾ ਹੈ ਕਿ ਸਟੇ ਆਰਡਰ ਨੂੰ ਰੱਦ ਕਰ ਦੇਣਾ ਚਾਹੀਦਾ ਅਤੇ ਸਾਨੂੰ ਇਸ ਨੂੰ ਤੋੜਨ ਦੀ ਆਗਿਆ ਦਿੱਤੀ ਜਾਵੇ। ਖਾਰ ਖੇਤਰ ਵਿੱਚ ਕੰਗਣਾ ਰਣਾਵਤ ਦਾ ਘਰ ਬ੍ਰਿਜ ਨਾਮ ਕੇ ਇੱਕ ਇਮਾਰਤ ਵਿੱਚ 5ਵੀਂ ਮੰਜ਼ਿਲ 'ਤੇ ਹੈ। ਇਸ ਵਿੱਚ 8 ਸਥਾਨਾਂ 'ਤੇ ਬਦਲਾਅ ਕੀਤੇ ਗਏ ਸੀ। ਛੱਜੇ ਅਤੇ ਬਾਲਕੋਨੀ ਵਿੱਚ ਗਲਤ ਉਸਾਰੀ ਦੀ ਗੱਲ ਕੀਤੀ ਗਈ ਹੈ। ਰਸੋਈ ਦੇ ਖੇਤਰ ਵਿੱਚ ਕੀਤੀਆਂ ਤਬਦੀਲੀਆਂ ਨੂੰ ਵੀ ਗਲਤ ਦੱਸਿਆ ਗਿਆ। ਬੀਤੇ ਦਿਨੀਂ BMC ਨੇ ਕੰਗਣਾ ਰਣਾਵਤ ਦੇ ਮਣੀਕਰਨਿਕਾ ਫਿਲਮਸ ਦੇ ਦਫ਼ਤਰ ਵਿੱਚ ਗੈਰ ਕਾਨੂੰਨੀ ਉਸਾਰੀ ਨੂੰ ਢਾਹ ਦਿੱਤਾ ਹੈ। ਬਾਅਦ ਵਿੱਚ ਬੰਬੇ ਹਾਈਕੋਰਟ ਨੇ ਇਸ ਉੱਤੇ ਰੋਕ ਲਗਾ ਦਿੱਤੀ। ਹਾਈਕੋਰਟ ਅੱਜ ਇਸ ਮਾਮਲੇ ਵਿੱਚ ਮੁੜ ਸੁਣਵਾਈ ਕਰੇਗੀ। ਹਾਈਕੋਰਟ ਨੇ BMC ਤੋਂ ਕੰਗਣਾ ਦੇ ਦਫ਼ਤਰ ਵਿੱਚ ਗੈਰ ਕਾਨੂੰਨੀ ਉਸਾਰੀ ਨੂੰ ਢਾਹੁਣ ਵਿੱਚ ਇੰਨੀ ਜਲਦਬਾਜ਼ੀ ਲਈ ਜਵਾਬ ਮੰਗਿਆ ਅਤੇ ਅੱਜ BMC ਨੂੰ ਇਸਦਾ ਜਵਾਬ ਦੇਣਾ ਪਵੇਗਾ। ਮੁੰਬਈ ਪਹੁੰਚਣ ਤੋਂ ਬਾਅਦ ਕੰਗਣਾ ਨੇ ਮਹਾਰਾਸ਼ਟਰ ਦੇ CM ਉਧਵ ਠਾਕਰੇ 'ਤੇ ਜ਼ੋਰਦਾਰ ਹਮਲਾ ਕੀਤਾ। ਟਵਿੱਟਰ 'ਤੇ ਇੱਕ ਵੀਡੀਓ ਸਾਂਝਾ ਕਰਦਿਆਂ ਉਹਨਾਂ ਕਿਹਾ ਕਿ ਉਧਵ ਠਾਕਰੇ, ਤੁਹਾਨੂੰ ਕੀ ਲੱਗਦਾ ਕਿ ਤੁਸੀਂ ਫਿਰ ਮਾਫੀ ਨਾਲ ਮੇਰਾ ਘਰ ਤੋੜ ਕੇ ਵੱਡਾ ਬਦਲਾ ਲੈ ਲਿਆ? ਅੱਜ ਮੇਰਾ ਘਰ ਟੁੱਟਾ ਹੈ, ਕੱਲ੍ਹ ਤੁਹਾਡਾ ਹੰਕਾਰ ਟੁੱਟੇਗਾ। ਉਧਵ ਠਾਕਰੇ, ਤੁਝੇ ਕਿਆ ਲੱਗਦਾ ਹੈ ਕਿ ਤੂੰ ਫਿਲਮ ਮਾਫੀਆ ਕੇ ਸਾਥ ਮਿਲ ਕੇ ਮੇਰਾ ਘਰ ਤੋੜ ਕੇ ਮੇਰੇ ਸੇ ਬਹੁਤ ਬੜਾ ਬਦਲਾ ਲਿਆ ਹੈ? ਅੱਜ ਮੇਰਾ ਘਰ ਟੁੱਟਾ ਹੈ, ਕੱਲ ਤੇਰਾ ਘਮੰਡ ਟੁੱਟੇਗਾ। ये वक्त का पहिया है, याद रखना। और आज मैं इस देश को वचन देती हूँ कि मैं सिर्फ अयोध्या पे ही नहीं, कश्मीर पे भी एक फिल्म बनाऊंगी, देशवासियों को जगाऊंगी, क्योंकि मुझे पता था हमारे साथ होगा तो होगा। उद्धव ठाकरे, तुझे क्या लगता है कि तूने फिल्म माफिया के साथ मिलके मेरा घर तोड़ के मुझसे बहुत बड़ा बदला लिया है? आज मेरा घर टूटा है, कल तेरा घमंड टूटेगा। ये वक्त का पहिया है, याद रखना, हमेशा एक जैसा नहीं रहता। और मुझे लगता है कि तुमने मुझ पर बहुत बड़ा एहसान किया है, क्योंकि मुझे पता तो था कि कश्मीरी पंडितों पर क्या बीती होगी, आज मैंने महसूस किया है। और आज मैं इस देश को वचन देती हूँ कि मैं सिर्फ अयोध्या पे ही नहीं, कश्मीर पे भी एक फिल्म बनाऊंगी। और अपने देशवासियों को जगाऊंगी, क्योंकि मुझे पता था हमारे साथ होगा तो होगा, लेकिन मेरे साथ हुआ है, इसका कोई मतलब है, इसके कोई मायने हैं। और उद्धव ठाकरे, ये जो क्रूरता और ये जो आतंक है, अच्छा हुआ ये मेरे साथ हुआ, क्योंकि इसके कुछ मायने हैं। जय हिंद, जय महाराष्ट्र।